ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ, ਜਿਸ ਦਾ ਪੁਰਾਤਨ ਨਾਮ ਚੱਕਰੀ ਮਾਲ ਅਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ। ਇਸ ਸਥਾਨ 'ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਦੀਪ ਦੀ ਯਾਤਰਾ ਸਮੇਂ ਬਿਦਰ ਨੂੰ ਜਾਂਦੇ ਹੋਏ, ਜਿਹਨੂੰ ਕਿ ਹੁਣ ਇਸ ਸਮੇਂ ਨਾਨਕ ਝੀਰਾ ਵੀ ਆਖਿਆ ਜਾਂਦਾ ਹੈ, ਵੱਲੋਂ ਜਾਂਦੇ ਹੋਏ ਕਾਫੀ ਸਮਾਂ ਠਹਿਰੇ ਸਨ ਅਤੇ ਸੰਗਤਾਂ ਨੂੰ ਉਰੇ ਪ੍ਰਵਚਨ ਕਰਿਆ ਕਰਦੇ ਸੀ। ਤਾਂ ਬਹੁਤ ਵੱਡੇ ਵੱਡੇ ਸੇਠ ਵੀ ਉਹਨਾਂ ਦੇ ਕੋਲ ਆਇਆ ਕਰਦੇ ਸੀ, ਜੋ ਉਹਨਾਂ ਨੂੰ ਮਾਇਆ ਭੇਟਾ ਕਰਿਆ ਕਰਦੇ ਸੀਗੇ। ਅਤੇ ਗੁਰੂ ਨਾਨਕ ਦੇਵ ਜੀ ਜਦੋਂ ਇਸ ਸਥਾਨ ਨੂੰ ਛੱਡ ਕੇ ਬਿਦਰ ਵੱਲ ਜਾ ਰਹੇ ਸੀ ਤਾਂ ਉਹ ਸਾਰੀ ਮਾਇਆ ਅਤੇ ਹੀਰੇ ਜਵਾਹਰਾਤ ਉਸੀ ਸਥਾਨ 'ਤੇ ਕਿਤੇ ਤੋਂ ਗੁਪਤ ਰੱਖ ਕੇ ਚਲੇ ਗਏ ਸੀ। ਅਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਾਹਿਬ ਮਹਾਰਾਜ ਪੰਜਾਬ ਤੋਂ ਮਹਾਰਾਸ਼ਟਰ ਸਾਹਿਬ ਦੱਖਣ ਵਾਲੇ ਸਾਈਡ ਆਪਣਾ ਹਜ਼ੂਰ ਸਾਹਿਬ ਵਾਲੀ ਸਾਈਡ ਗਏ ਸੀ ਤਾਂ ਉਸ ਸਮੇਂ ਉਹਨਾਂ ਦੇ ਨਾਲ ਕਾਫੀ ਫੌਜਾਂ ਸਨ, ਜੋ ਕਿ ਸ਼ਾਹੀ ਫੌਜਾਂ ਵੀ ਸਨ ਅਤੇ ਸਿੱਖ ਫੌਜਾਂ ਵੀ ਸਨ। ਤਾਂ ਉਹਨਾਂ ਨੇ ਉੱਥੇ ਜਾ ਕੇ ਮੰਗ ਕੀਤੀ ਕਿ ਗੁਰੂ ਜੀ ਸਾਨੂੰ ਤਨਖਾਹਾਂ ਦਿੱਤੀਆਂ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰ ਸਕੀਏ। ਤਾਂ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਵਾਨ ਕੀਤਾ ਆਪਣੇ ਪਿਆਰਿਆਂ ਨੂੰ ਕਿ ਜਾਓ ਮਾਲ ਟੇਕੜੀ ਵਾਲੇ ਸਥਾਨ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦੱਬਿਆ ਹੋਇਆ ਪੁਰਾਤਨ ਖਜ਼ਾਨਾ ਲੈ ਕੇ ਆਓ ਅਤੇ ਉਸ ਖਜ਼ਾਨੇ ਨੂੰ ਸ਼ਾਹੀ ਫੌਜਾਂ ਦੇ ਵਿੱਚ ਅਤੇ ਸਿੱਖ ਫੌਜਾਂ ਦੇ ਵਿੱਚ ਵੰਡਿਆ ਗਿਆ। ਅਤੇ ਹੁਣ ਤੁਸੀਂ ਦਰਸ਼ਨ ਕਰੋ ਜਿੱਥੇ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਨੇ ਗੁਰੂ ਜੀ ਪਾਸੋਂ ਤਨਖਾਹਾਂ ਮੰਗੀਆਂ ਸੀ। ਗੁਰਦੁਆਰਾ ਸੰਗਤ ਸਾਹਿਬ ਜੀ ਨੰਦੇੜ ਦੇ ਬ੍ਰਹਮਪੁਰੀ ਮੁਹੱਲੇ ਵਿੱਚ ਗੋਦਾਵਰੀ ਦੇ ਕੰਢੇ ਸੰਬੋਧਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਨੰਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਸਥਾਨ ਨੂੰ ਹੀ ਭਾਗ ਲਿਆ। ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਅਤੇ ਕਥਾ ਵਿਚਾਰਾਂ ਸੁਣ ਕੇ ਨਿਹਾਲ ਹੁੰਦੀਆਂ। ਇਸ ਸਥਾਨ 'ਤੇ ਤੁਸੀਂ ਦਰਸ਼ਨ ਕਰੋਗੇ ਕਿ ਜਿਸ ਢਾਲ ਦੇ ਨਾਲ ਤਨਖਾਹਾਂ ਵੰਡੀਆਂ ਸੀਗੀਆਂ, ਇਹ ਉਹ ਢਾਲ ਹੈ ਜਿਸ ਦੇ ਨਾਲ ਸ਼ਾਹੀ ਫੌਜਾਂ ਅਤੇ ਪੰਜਾਬ ਤੋਂ ਹੋਰ ਸਿੱਖ ਫੌਜਾਂ ਜੋ ਗੁਰੂ ਜੀ ਦੇ ਨਾਲ ਆਈਆਂ ਸੀਗੀਆਂ, ਇਸ ਢਾਲ ਦੇ ਨਾਲ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਸੀਗੀਆਂ। ਅਤੇ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਬਹੁਤ ਹੀ ਆਨੰਦ ਆਉਂਦਾ ਹੈ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਹਜ਼ੂਰ ਸਾਹਿਬ ਤੁਸੀਂ ਆਉਂਗੇ ਤਾਂ ਇਸ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰਿਆਂ ਨੇ ਜ਼ਰੂਰ ਕਰਨੇ ਆ ਜੀ। ਸੋ ਧੰਨਵਾਦ ਹੈ ਜੀ, ਅਤੇ ਅਗਲੀ ਵੀਡੀਓ ਦੇ ਵਿੱਚ ਅਗਲੇ ਦੋ ਗੁਰਦੁਆਰਿਆਂ ਦੇ ਬਾਰੇ ਜਾਣਕਾਰੀ ਦੇਵਾਂਗਾ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਨਸਾਨੀਅਤ ਦੇ ਨਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।